गवर्नमेंट गुरु नानक हाई स्कूल ननकाणा साहब का सब तो कदीम अते इतिहासक स्कूल है। रकबे के लिहाज नाल पंजाब दे चंद वड्डे सरकारी स्कूलों विच इस दा शुमार होंदा है। इस स्कूल दा संगे बुनियाद सन 1922 विच रखिया गया और इस दी इमारत 1928 विच मुकम्मल हुई। इस स्कूल दा कुल रकबा 200 कनाल ते मुश्तमिल है, जिस दे अंदर 125 कनाल विच खेल दे मैदान, हाकी, फुटबॉल अते क्रिकेट दे ग्राउंड ने अते बाकी जगह ते खूबसूरत बागीचे बने हुए ने। स्कूल दी इमारत दा तर्ज़े तामीर बहुत ही खूबसूरत अते मुनफरिद है। ए स्कूल दी इमारत अंग्रेजी दे दो हरूफ ई अते एच दा मजमुआ है। अगर स्कूल दी इमारत नू सामने तो वेख्या जावे तां ए अंग्रेजी जुबान दा अक्खर ई दिसदा है। अगर इसे ही इमारत नू उपरों आसमान वालों वेख्या जावे तां अंग्रेजी जुबान दा लफज एच दिसेगा। एच और ई दा मतलब एजुकेशन ते होनेस्टी है, यानी तालीम ते ईमानदारी। ਵਿੱਚ ਨਨਕਾਣਾ ਸਾਹਿਬ ਨੂੰ ਜਦ ਜ਼ਿਲ੍ਹਾ ਸ਼ੇਖੂਪੁਰਾ ਦੀ ਤਹਿਸੀਲ ਦਾ ਦਰਜਾ ਦੇ ਦਿੱਤਾ ਗਿਆ ਤਾਂ ਇੱਥੇ ਪ੍ਰਾਇਮਰੀ ਸਕੂਲ ਤੋਂ ਇਲਾਵਾ ਕੋਈ ਵੀ ਸਕੂਲ ਜਾਂ ਵਿਦਿਆ ਕੇਂਦਰ ਨਹੀਂ ਸੀ। ਇੱਥੋਂ ਦੇ ਵਸੇਂਦਿਆਂ ਨੂੰ ਦੂਸਰੇ ਜ਼ਿਲ੍ਹੇ ਵਿੱਚ ਜਾ ਕੇ ਤਾਲੀਮ ਹਾਸਲ ਕਰਨੀ ਪੈਂਦੀ ਸੀ। ਜ਼ਿਆਦਾਤਰ ਇੱਥੋਂ ਦੇ ਲੋਕ ਖਾਲਸਾ ਹਾਈ ਸਕੂਲ ਲਾਇਲਪੁਰ ਮੌਜੂਦਾ ਫੈਸਲਾਬਾਦ ਅਤੇ ਖਾਲਸਾ ਹਾਈ ਸਕੂਲ ਗੁਜਰਾਂਵਾਲਾ ਤਾਲੀਮ ਹਾਸਲ ਕਰਨ ਲਈ ਜਾਇਆ ਕਰਦੇ ਸਨ। ਤਾਲੀਮ ਅਤੇ ਵਿੱਦਿਆ ਦੀ ਇਸ ਘਾਟ ਨੂੰ ਪੂਰਾ ਕਰਨ ਲਈ ਗੁਰਦੁਆਰਾ ਕਮੇਟੀ ਨਨਕਾਣਾ ਸਾਹਿਬ ਨੇ ਪੂਰਾ ਜ਼ੋਰ ਲਾਇਆ। ਯਾਦ ਰਹੇ ਇਹ ਕਮੇਟੀ ਸਾਕਾ ਸ੍ਰੀ ਨਨਕਾਣਾ ਸਾਹਿਬ 1921 ਤੋਂ ਬਾਅਦ ਬਣੀ। ਕਮੇਟੀ ਨੇ ਸਕੂਲ ਦੀ ਇਮਾਰਤ ਲਈ ਲਗਭਗ 1.25 ਲੱਖ ਰੁਪਇਆ ਦਾਨ ਕੀਤੇ ਅਤੇ ਸਕੂਲ ਦਾ ਨਾਮ ਗੁਰੂ ਨਾਨਕ ਖਾਲਸਾ ਹਾਈ ਸਕੂਲ ਰੱਖਿਆ ਗਿਆ। ਇੱਥੇ ਬੱਚਿਆਂ ਦੀ ਤਾਲੀਮ ਓ ਤਰਬੀਅਤ ਦੇ ਨਾਲ ਨਾਲ ਖੇਡਾਂ 'ਤੇ ਵੀ ਧਿਆਨ ਦਿੱਤਾ ਜਾਂਦਾ। ਉਸ ਵੇਲੇ ਸਕੂਲ ਦੇ ਅੰਦਰ ਮੁਸਲਮਾਨ, ਸਿੱਖ, ਹਿੰਦੂ ਅਤੇ ਈਸਾਈ ਸਾਰੇ ਹੀ ਵਿੱਦਿਆ ਲੈਂਦੇ ਸੀ। ਇੱਥੇ ਗਰੀਬ ਤਾਲਬ ਇਲਮਾਂ ਲਈ ਮੁਫਤ ਤਾਲੀਮ ਦਾ ਪ੍ਰਬੰਧ ਹੋਇਆ ਕਰਦਾ ਸੀ। ਉਸ ਵੇਲੇ ਲੋਕਾਂ ਦਾ ਧਿਆਨ ਤਾਲੀਮ ਵਾਲੇ ਪਾਸੇ ਬਹੁਤ ਹੀ ਘੱਟ ਸੀ, ਪਰ ਸਰਦਾਰ ਈਸ਼ਰ ਸਿੰਘ ਅਤੇ ਸਰਦਾਰ ਫੂਲਾ ਸਿੰਘ ਨੇ ਇਸ ਸਕੂਲ ਨੂੰ ਨਾ ਸਿਰਫ ਤਾਲੀਮ ਬਲਕਿ ਖੇਡ ਦੇ ਮੈਦਾਨ ਵਿੱਚ ਪਹਿਲੇ ਦਰਜੇ 'ਤੇ ਲੈ ਆਂਦਾ। ਕੁਝ ਹੀ ਸਾਲਾਂ ਬਾਅਦ ਪੰਜਾਬ ਦੀ ਵੰਡ ਹੋ ਗਈ। 1947 ਵਿੱਚ ਇੱਥੋਂ ਦੇ ਲੋਕ ਇਸ ਜਗ੍ਹਾ ਨੂੰ ਛੱਡਣ ਤੋਂ ਇਨਕਾਰੀ ਸਨ। ਹਾਲਾਤ ਬੇਕਾਬੂ ਹੋਣ ਕਰਕੇ ਲੋਕਾਂ ਨੂੰ ਇਹ ਜਗ੍ਹਾ ਛੱਡਣੀ ਪਈ। 1947 ਤੋਂ ਬਾਅਦ ਕਾਫੀ ਅਰਸਾ ਇਹ ਸਕੂਲ ਬੰਦ ਰਿਹਾ। ਬਾਅਦ ਵਿੱਚ ਇਸ ਦਾ ਨਾਂ ਤਬਦੀਲ ਕਰ ਦਿੱਤਾ ਗਿਆ, ਪਰ 1969 ਵਿੱਚ ਜਦ ਗੁਰੂ ਨਾਨਕ ਜੀ ਦਾ 500 ਸਾਲਾ ਆਗਮਨ ਦਿਵਸ ਮਨਾਇਆ ਗਿਆ ਤਾਂ ਇਸ ਦਾ ਨਾਮ ਦੁਬਾਰਾ ਗੁਰੂ ਨਾਨਕ ਹਾਈ ਸਕੂਲ ਰੱਖ ਦਿੱਤਾ ਗਿਆ। ਇਸ ਵੇਲੇ ਇਹ ਸਕੂਲ ਹਾਇਰ ਸੈਕੰਡਰੀ ਸਕੂਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਹ ਸਕੂਲ ਇਸ ਸਾਲ ਆਪਣੇ 100 ਸਾਲ ਮੁਕੰਮਲ ਕਰਨ ਜਾ ਰਿਹਾ ਹੈ। ਇਹਨਾਂ 100 ਸਾਲਾਂ ਵਿੱਚੋਂ ਇਸ ਸਕੂਲ ਨੇ ਅਣਗਿਣਤ ਵਿਦਵਾਨ, ਡਾਕਟਰ ਅਤੇ ਚੋਟੀ ਦੇ ਸਿਆਸਤਦਾਨ ਪੈਦਾ ਕੀਤੇ। ਜਿਨ੍ਹਾਂ ਵਿੱਚੋਂ ਬ੍ਰਿਗੇਡੀਅਰ ਰਿਟਾਇਰਡ ਇਜਾਜ਼ ਅਹਿਮਦ ਸ਼ਾਹ, ਸਾਬਕਾ ਵਜ਼ੀਰ ਦਾਖਲਾ ਰਾਏ ਰਸ਼ੀਦ ਖਾਨ ਭੱਟੀ, ਰਾਏ ਮਨਸਬ ਅਲੀ ਖਾਨ, ਅਲਹਾਜ ਮੁਹੰਮਦ ਹੁਸੈਨ ਗੋਹਰ, ਐਸੇ ਇਦਾਰੇ ਦੇ ਦਰਖਸ਼ੰਦਾ ਸਿਤਾਰੇ ਨੇ। ਉੱਨੀ ਸੌ 1947 ਤੋਂ ਬਾਅਦ ਸਿੱਖਾਂ ਵਿੱਚੋਂ
मेजर हरचरण सिंह पाक आर्मी, डॉक्टर महिपाल सिंह, प्रोफेसर कल्याण सिंह कल्याण, महेंद्र पाल सिंह MPA, रमेश सिंह अरोड़ा MPA अते डॉक्टर गुरचरण सिंह राजीव, इसे ही इदारे दे सरनामे ने।